ਔਰ ਪੇਸ਼ੈਂਟ ਦੇ ਜ਼ਰੀਏ ਮੈਨੂੰ ਕਹਿੰਦੇ ਸੀ ਪੇਸ਼ੈਂਟ ਨੂੰ ਚੈੱਕ ਕਰੋ ਵੀ ਉਹਦੇ ਇੱਥੇ ਬ੍ਰੈਸਟ ਲਾ ਲਓ ਜਾਂ ਵੀ ਕੀ ਪ੍ਰੋਬਲਮ ਔਰ ਫਿਰ ਮੈਨੂੰ ਆ ਕੇ ਉਦਾਂ ਮੇਰੇ ਨਾਲ ਛੇੜਖਾਨੀ ਕਰਦੇ ਸੀ ਵੀ ਇੱਥੇ ਪੇਨ ਹੁੰਦੀ ਹੈ ਇੱਥੇ ਹੁੰਦੀ ਹੈ ਸਰ ਇਹ ਡਾਕਟਰ ਮਲਿਕ ਜਿਹੜੇ ਮੈਂ ਉਹਨਾਂ ਦੇ ਹੋਮਿਓਪੈਥੀ ਫਾਰਮਾਸਿਸਟ ਹਾਂ ਸਰ ਮੈਨੂੰ 2 ਸਾਲ ਹੋ ਗਏ ਸਵਾ 2 ਸਾਲ ਜਿੰਨਾ ਵੀ ਮੈਂ ਆਈ ਸੀ ਟ੍ਰਾਂਸਫਰ ਕਰਵਾ ਕੇ ਇੱਥੋਂ ਔਰ ਮੈਨੂੰ ਬਹੁਤ ਮਤਲਬ ਪਰੇਸ਼ਾਨ ਕਰਦੇ ਸੀ ਕਹਿੰਦੇ ਸੀ ਅਗਰ ਤੂੰ ਇੱਥੇ ਰਹਿਣਾ ਨਾ ਤਾਂ ਤੈਨੂੰ ਮੇਰੇ ਨਾਲ ਐਡਜਸਟਮੈਂਟ ਕਰਨੀ ਪੈਣੀ ਹੈ ਔਰ ਪੇਸ਼ੈਂਟ ਦੇ ਜ਼ਰੀਏ ਮੈਨੂੰ ਕਹਿੰਦੇ ਸੀ ਪੇਸ਼ੈਂਟ ਨੂੰ ਚੈੱਕ ਕਰੋ ਵੀ ਉਹਦੇ ਇੱਥੇ ਬ੍ਰੈਸਟ ਲਾ ਲਓ ਜਾਂ ਵੀ ਕੀ ਪ੍ਰੋਬਲਮ ਹੈ ਤੇ ਮੈਂ ਉਹਨੂੰ ਜਿਵੇਂ ਚੈੱਕ ਕਰਨਾ ਔਰ ਫਿਰ ਮੈਨੂੰ ਆ ਕੇ ਉਦਾਂ ਮੇਰੇ ਨਾਲ ਛੇੜਖਾਨੀ ਕਰਦੇ ਸੀ ਵੀ ਇੱਥੇ ਪੇਨ ਹੁੰਦੀ ਹੈ ਇੱਥੇ ਹੁੰਦੀ ਹੈ ਹੋਰ ਵੀ ਬੜੀ ਸਰ ਹੋਰ ਬਹੁਤ ਜ਼ਿਆਦਾ ਮਤਲਬ ਇਹੋ ਜਿਹੀਆਂ ਮੈਂ ਦੱਸ ਨਹੀਂ ਸਕਦੀ ਵੀ ਜਿਵੇਂ ਮੇਰੇ ਨਾਲ ਇਹ ਹਰਕਤਾਂ ਕਰਦੇ ਸੀ ਇਸ ਸੰਬੰਧ ਵਿੱਚ ਕਦੇ ਆਫੀਸਰਾਂ ਨੂੰ ਕਿਹਾ ਜਾਂ ਹਾਂਜੀ ਮੈਂ ਪਹਿਲੇ DHO ਸਰ ਨੂੰ ਵੀ ਕਹਿ ਚੁੱਕੀ ਹਾਂ ਤੇ ਡਾਕਟਰ ਸਾਹਿਬ ਨੂੰ ਵੀ ਇੱਥੇ SMO ਨੂੰ ਨਾਲ ਵੀ ਗੱਲ ਹੋਈ ਸੀ ਵੀ ਸਰ ਇਹਨਾਂ ਨੂੰ ਇਹ ਕਿਹਾ ਸੀ ਵੀ ਮੈਂ ਬਹੁਤ ਪਰੇਸ਼ਾਨ ਹਾਂ ਵੀ ਮੈਨੂੰ ਬਹੁਤ ਪਰੇਸ਼ਾਨ ਕਰਦੇ ਨੇ ਕੋਈ ਹੱਲ ਹੋਇਆ ਜੀ ਉਸ ਚੀਜ਼ ਨਾ ਜੀ ਬਸ ਉਹ ਕਹਿੰਦੇ ਜੀ ਅੱਜ ਤੋਂ ਬਾਅਦ ਇਹੋ ਜਿਹਾ ਕੁਛ ਨਹੀਂ ਹੋਏਗਾ DHO ਸਰ ਕਹਿੰਦੇ ਪਰ ਨਹੀਂ ਜੀ ਇਹਨਾਂ 'ਚ ਕੋਈ ਚੇਂਜ ਨਹੀਂ ਆਈਆਂ ਉਦਾਂ ਹੀ ਰਹੇ ਮੇਰੇ ਨਾਲ ਅੱਜ ਕੀ ਐਪੀਸੋਡ ਅੱਜ ਵੀ ਬਸ ਸਰ ਸਾਡੀ ਮੰਥਲੀ ਮੀਟਿੰਗ ਸੀ ਔਰ ਰਿਪੋਰਟਸ ਮੈਂ ਬਣਾਉਂਦੀ ਹਾਂ ਵੈਸੇ ਤਾਂ ਰਲ ਮਿਲ ਕੇ ਬਣਾਉਣੀ ਹੁੰਦੀ ਹੈ ਡਾਕਟਰ ਔਰ ਫਾਰਮਾਸਿਸਟ ਨੇ ਤੇ ਮੈਂ ਨਵਾਂ ਸਾਲ ਸੀ ਜਿਵੇਂ ਵੀ ਨਵੇਂ ਸਾਲ ਵਾਲੀਆਂ ਮੇਰੇ ਕੋਲ ਹੈ ਨਹੀਂ ਸੀ ਪਰਫਾਰਮੇ ਮੈਂ ਕਿਹਾ ਸਰ ਵੀ ਮੈਨੂੰ ਪਰਫਾਰਮੇ ਚਾਹੀਦੇ ਹੈ ਆਏ ਕਹਿੰਦੇ ਰਿਪੋਰਟਸ ਮੈਂ ਕਿਹਾ ਸਰ ਪਰਫਾਰਮੇ ਚਾਹੀਦੇ ਨੇ ਮੈਨੂੰ ਤੇ ਮੈਨੂੰ ਕਹਿੰਦੇ ਪਰਫਾਰਮੇ ਮੈਂ ਕਿੱਥੋਂ ਦਿਆਂ ਅੱਗੇ ਵੀ ਤੂੰ ਆਪੇ ਬਣਾਉਣੀ ਹੈ ਤੇ ਉਹ ਖੜੇ ਹੋ ਗਏ ਪਹਿਲਾਂ ਬੈਠੇ ਸੀ ਇੱਕ ਵਾਰੀ ਭੜਕ ਕੇ ਖੜੇ ਹੋਏ ਇਹਨਾਂ ਨੇ ਮੇਰੇ ਠੁੱਡਾ ਮਾਰਿਆ ਉਵੇਂ ਮੇਰੇ ਨਾਲ ਮਤਲਬ ਹੋਰ ਬੜਾ ਬੁਰਾ ਭਲਾ ਬੋਲ ਕੇ ਚੁਦਰਾਨੀ ਹੈ ਐਵੇਂ ਬੜਾ ਗੰਦੇ ਮਤਲਬ ਵੀ ਬੜੇ ਮੈਂ ਤੇ ਫਿਰ ਮੈਂ ਉਵੇਂ ਚਲੀ ਗਈ DHO ਸਰ ਕੋਲ ਮੈਂ ਕਿਹਾ ਮੈਂ ਉਹਨਾਂ ਨੂੰ ਦੱਸਦੀ ਹਾਂ ਵੀ ਏਦਾਂ ਦਾ ਕਰਦੇ ਆ ਵੀ ਅੱਜ ਤਾਂ ਪਾਣੀ ਸਿਰਿਓਂ ਟੱਪ ਗਿਆ ਸੀ ਵੀ ਇੰਨਾ ਜ਼ਿਆਦਾ ਇਹਨਾਂ ਨੇ ਕੀਤਾ ਤੇ ਉੱਥੇ ਜਾ ਕੇ DHO ਸਰ ਨੂੰ ਮੈਂ ਦੱਸਿਆ DHO ਸਰ ਦੇ ਸਾਹਮਣੇ ਵੀ ਬਸ ਉਲਟਾ ਹੀ ਮੇਰੇ ਤੇ ਬਲੇਮ ਲਾਈ ਜਾਣ ਫਿਰ ਸਰ ਨੇ ਸਮਝਾਇਆ ਵੀ ਐਵੇਂ ਗੱਡੀ ਨੀ ਤੁਹਾਡੀ ਚੱਲਣੀ ਫਿਰ ਫੋਨ ਦੇ ਮੈਂ ਬਾਹਰ ਖੜੀ ਸੀ ਫੋਨ ਦੇ ਭਾਨੇ ਨਾਲ ਬਾਹਰ ਆਏ ਐ ਫਿਰ ਇਹਨਾਂ ਨੇ ਉਹ ਹਰਕਤ ਕੁੱਤੀ ਕਰ ਲਈ ਮਤਲਬ ਸਰ ਨੂੰ ਵੀ ਉਹਨਾਂ ਦੇ ਸਾਹਮਣੇ ਕੁਛ ਨੀ ਬਹੁਤ ਸੱਚੇ ਬਣ ਜਾਂਦੇ ਆ ਢਿੱਡੋਂ ਬਹੁਤ ਕੋੜੇ ਐ ਤੇ ਕੋਈ ਮਾਰਕੁੱਟ ਹੋਈ ਜਾਂ ਲੜਾਈ ਝਗੜਾ ਹੋਈ ਮਾਰਕੁੱਟ ਕੁਛ ਨੀ ਹੋਈ ਸਰ ਤੇ ਐਡਮਿਟ ਹੋਏ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਤੁਹਾਡੇ ਵੱਲੋਂ ਤੁਹਾਡੇ ਬ੍ਰਦਰ ਵੱਲੋਂ ਜਿਹੜਾ ਕੁੱਟਿਆ ਗਿਆ ਬਿਲਕੁਲ ਝੂਠਾ ਇਲਜ਼ਾਮ ਹੈ ਕੋਈ ਕੁਛ ਨੀ ਹੈ ਤੇ ਕੀ ਮੰਗ ਕਰਦੇ ਜੀ ਤੁਸੀਂ ਕੀ ਚਾਹੁੰਦੇ ਮੈਂ ਮੰਗ ਇਹ ਕਰਨਾ ਚਾਹੁੰਦੀ ਹਾਂ ਵੀ ਮੈਨੂੰ ਪਰੇਸ਼ਾਨ ਨਾ ਕਰਨ ਔਰ ਮੈਨੂੰ ਮੈਂਟਲੀ ਹਰਾਸਮੈਂਟ ਤੇ ਫਿਜ਼ੀਕਲੀ ਮੈਨੂੰ ਬਿਲਕੁਲ ਨਾ ਕਰਨ ਵੀ ਮੈਂ ਕੁਛ ਨਹੀਂ ਇਹੋ ਜਿਹਾ ਮੈਂ ਉਦਾਂ ਦੀ ਨਹੀਂ ਹੈਗੀ ਤੇ ਮੈਂ ਆਪਦਾ ਅੱਜ ਮੰਥਲੀ ਮੀਟਿੰਗ ਸੀ ਸਾਡੀ ਨਈ ਵਾਦੀ ਚ ਜੀ ਸਰਕਾਰੀ ਹੋਮਪੈਥੀ ਡਿਸਪੈਂਸਰੀ ਆ ਉੱਥੇ ਸਾਡੀ ਮੰਥਲੀ ਮੀਟਿੰਗ ਹਰ ਮਹੀਨੇ ਹੁੰਦੀ ਹੈ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਸੀ ਸਾਰੇ ਡਾਕਟਰਸ ਹੋਮਪੈਥੀ ਪ੍ਰੋਫੈਸਰਸ ਤੇ 11:30 ਵਜੇ ਮੀਟਿੰਗ ਸ਼ੁਰੂ ਹੋਈ 12:15 ਵਜੇ ਪੂਨਾ ਮੈਡਮ ਜੋ ਇੱਥੇ ਫਾਰਮਾਸਿਸਟ ਨੇ ਮਿਲੇ ਸਰਕਾਰੀ ਹਸਪਤਾਲ ਦੇ ਵਿੱਚ ਜੀ ਇਹ ਵੀ ਉੱਥੇ ਆ ਗਏ ਥੋੜ੍ਹੀ ਦੇਰ ਬਾਅਦ ਇਹਨਾਂ ਦਾ ਭਰਾ ਵੀ ਆ ਗਿਆ ਨਾਲ ਕੁਝ ਹੋਰ ਅੰਦਰ ਅਸੀਂ ਮੀਟਿੰਗ ਕਰ ਰਹੇ ਸੀ ਉਹਨਾਂ ਨੇ ਅੰਦਰ ਆ ਕੇ ਕੁੱਟਣਾ ਸ਼ੁਰੂ ਕਰਤਾ ਬਹੁਤ ਬੁਰੀ ਤਰ੍ਹਾਂ ਮਾਰਿਆ ਉਸ ਵਕਤ ਤਿੱਖੀ ਜਿਹੀ ਸੀ ਮੇਰੇ ਦਿਲ ਦੇ ਉੱਪਰ ਅਟੈਕ ਕੀਤੇ ਇਹਨਾਂ ਨੇ ਲਗਾਤਾਰ ਮੋਬਾਈਲ ਦਾ ਬੁਰਾ ਹਾਲ ਕਰ ਮੇਰੇ ਦਿਲ ਦੇ ਕੋਲੋਂ ਸੀਗਾ ਸਿੱਧਾ ਉਹਨਾਂ ਦਾ ਅਟੈਕ ਮੇਰੇ ਦਿਲ 'ਤੇ ਹੀ ਸੀ 3-4 ਉਹਨਾਂ ਨੇ ਲੱਤਾਂ ਮੇਰੇ ਦਿਲ 'ਤੇ ਮਾਰੀਆਂ ਮੋਬਾਈਲ ਸੀ ਬਚ ਗਿਆ ਉਸ ਤੋਂ ਬਾਅਦ ਤਿੱਖੀ ਚੀਜ਼ ਸੀ ਕਿਰਚ ਵਗੈਰਾ ਉਹ ਮੇਰੇ ਹੱਥੇ ਮਾਰੀ ਉਹਨਾਂ ਨੇ ਕਾਰਨ ਪਤਾ ਹੀ ਨਹੀਂ ਲੱਗਿਆ ਸਰ ਬੇਟਾ ਕੀ ਕਾਰਨ ਹੈ ਕਿਸੇ ਨੂੰ ਵੀ ਨਹੀਂ ਸਮਝ ਆਈ ਵੀ ਹੋਇਆ ਕੀ ਹੈ ਪਹਿਲਾਂ ਕਦੀ ਨਹੀਂ ਹੋਇਆ ਜੀ ਮੈਨੂੰ ਵੀ ਬੜਾ ਕਾਰਨ ਹੈ ਨਹੀਂ ਜੀ ਨਹੀਂ ਡਿਊਟੀ ਦੌਰਾਨ ਤੁਹਾਡੇ ਨਾਲ ਕੋਈ ਕਹਾ ਸੁਣੀ ਜਾਂ ਆਪਸੀ ਕੋਈ ਗੱਲ ਹੋਈ ਹੋਵੇ ਜਾਂ ਕੋਈ ਸਰ ਮੰਥਲੀ ਮੀਟਿੰਗ ਸੀ ਸਵੇਰੇ ਮੈਂ ਇੱਥੋਂ ਸਾਹਿਬ ਨੂੰ ਮਿਲ ਕੇ ਇੱਥੋਂ 10:30 ਗਿਆ ਮੈਂ ਉੱਥੇ ਪਹੁੰਚਿਆ ਬੈਠੇ 11:30 ਸਾਡੀ ਮੀਟਿੰਗ ਸ਼ੁਰੂ ਹੋ ਗਈ ਹੈ ਤੇ ਸਰਕਾਰੀ ਪ੍ਰਿੰਸਿਸ ਦੇ ਅੰਦਰ ਹੀ ਉਹਨਾਂ ਨੇ ਆ ਕੇ ਕੁੱਟਣਾ ਸ਼ੁਰੂ ਕਰਤਾ ਮੀਟਿੰਗ ਚੱਲਦੀ ਸੀ ਮੀਟਿੰਗ ਦੇ ਦੌਰਾਨ ਹੀ ਉਹਨਾਂ ਨੇ ਕੰਮ ਸ਼ੁਰੂ ਕਰਤਾ ਮੈਨੂੰ ਪਤਾ ਹੀ ਨਹੀਂ ਲੱਗਿਆ 6-7 ਬੰਦੇ ਤਾਂ ਮੈਂ ਦੇਖੇ ਸੀਗੇ ਕਿਉਂਕਿ ਉਹਨਾਂ ਨੇ ਇਸ ਤਰੀਕੇ ਨਾਲ ਮਾਰਨਾ ਸ਼ੁਰੂ ਕਰਤਾ ਮੈਨੂੰ ਆਦਾ ਹੀ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਹੈ ਕਿਸੇ ਨੂੰ ਜਾਣਦੇ ਜਿਹੜੇ ਸਟੂਲ ਪਿਆ ਸੀਗਾ ਪੇਸ਼ੈਂਟ ਬੈਠਣ ਵਾਲਾ ਉਹ ਚੱਕ ਕੇ ਮੇਰੇ ਸਿਰੇ 'ਚ ਮਾਰਿਆ ਲੱਤਾਂ ਮਾਰੀਆਂ ਮਤਲਬ ਮੈਂ ਥੱਲੇ ਡਿੱਗ ਪਿਆ ਸੀਗਾ ਮੁੱਕੇ ਮਾਰੇ ਥੱਪੜ ਮਾਰੇ ਨਾਲ ਇੱਕ ਫਟ ਗਿਆ ਇੱਥੋਂ ਦਿਲ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਮੇਰੇ ਕਿਸੇ ਨੂੰ ਸਟਿਚਿਸ ਲੱਗੀਆਂ ਕਿਸੇ ਨੂੰ ਜਾਣਦੇ ਜੀ ਸਰ ਅਨੁਰਾਗ ਦਾ ਹੀ ਪਤਾ ਹੈ ਅਨੁਰਾਗ ਕੌਣ ਜੀ ਅਨੁਰਾਗ ਸ਼ਾਇਦ ਪੂਨਮ ਮੈਡਮ ਦਾ ਬ੍ਰਦਰ ਹੈ ਜੀ ਮੇਰਾ ਸੀਨੀਅਰ ਹੁੰਦਾ ਸੀਗਾ
ਉੱਥੇ ਜਿਹੜੇ ਸੀਗੇ ਉਹ ਰੋਕਦੇ ਰਹੇ ਜੀ, ਬਟ ਉਹਨਾਂ ਨੇ ਉਹਨਾਂ ਨੂੰ ਸਾਈਡ ਕਰਕੇ ਕਹਿੰਦੇ ਤੁਹਾਡੇ ਵੀ ਪੈਣਗੀਆਂ, ਸਿਰ ਮੇਰੇ ਉੱਤੇ ਹੀ ਚੜ੍ਹੇ ਰਹੇ ਜੀ, ਤਿਆਰ ਸੀ ਜੀ ਉਹਨਾਂ ਨੇ ਮੇਰੇ ਹੱਥੇ ਮਾਰਿਆ। ਡਾਕਟਰ ਕੁਨਾਲ ਕੀਰਤੀ ਨੇ ਹੋਮਿਓਪੈਥਿਕ ਮੈਡੀਕਲ ਅਫਸਰ ਨੇ, ਅੱਜ ਇਹਨਾਂ ਦੀ ਕੋਈ ਮੀਟਿੰਗ ਸੀ ਨਵੀਂ ਬਾਡੀ ਸਾਨੂੰ ਪਤਾ, ਉੱਥੇ ਮੈਡਮ ਸੀਗੇ ਨਾਲ ਇਹਨਾਂ ਦੇ ਜੀ ਮੈਡਮ ਪੂਨਮ, ਮੈਂ ਆਪਸ ਵਿੱਚ ਕੋਈ ਤੂੰ ਤੂੰ ਮੈਮ ਹੋਈ ਦੋਨੋਂ ਤੇਰਾ ਦਾਖਲ ਨੇ ਜੀ, ਸਟੇਟਮੈਂਟ ਰਿਕਾਰਡ ਕਰ ਲਈਏ ਅਗਲੀ ਕਾਰਵਾਈ ਅੱਖ ਵਿੱਚ ਲੈਂਦੀ ਜਾ ਰਹੀ ਹੈ।